ਇਹ ਸਾਨੂੰ ਅੱਜ ਸਵੇਰ ਇਤਲਾਹ ਮਿਲੀ ਹੈ ਕੰਪਨੀ ਬਾਗ 'ਚ 3 ਡੈੱਡ ਬੋਡੀਆਂ ਪਈਆਂ ਨੇ ਜਿਨ੍ਹਾਂ ਦੀ ਅਸੀਂ ਮੌਕੇ 'ਤੇ ਜਾ ਕੇ ਪੜਤਾਲ ਕੀਤੀ ਹੈ। ਇਹ ਜਿਹੜੇ ਆਦਮੀ ਸੀ ਇਹ ਉੱਥੇ ਕੰਪਨੀ ਬਾਗ 'ਚ ਹੀ ਰਹਿੰਦੇ ਸੀ ਅਤੇ ਜਿਵੇਂ ਕਾਗਜ਼ ਵਗੈਰਾ ਚੁੱਕ ਕੇ ਅਤੇ ਮੰਗ ਮੁੰਗ ਕੇ ਖਾਂਦੇ ਸੀ ਅਤੇ ਉੱਥੇ ਹੀ ਸੌਂਦੇ ਸੀ ਅਤੇ ਉੱਥੋਂ ਲਾਗੋਂ ਇਹਨਾਂ ਦੇ ਇੱਕ ਪੈਪਸੀ ਦੀ ਬੋਤਲ ਹੈ ਜਿਹਦੇ ਵਿੱਚੋਂ ਇਹ ਦੇਸੀ ਸ਼ਰਾਬ ਦੀ ਸਮੈਲ ਆ ਰਹੀ ਸੀ ਅਤੇ ਕੁਲਚੇ ਸੀ ਨਾਲ ਪਿਆਜ਼ ਵਗੈਰਾ ਚੀਰੇ ਸੀ ਅਤੇ ਇਉਂ ਲੱਗਦਾ ਜਿੱਦਾਂ ਉੱਥੇ ਇਹਨਾਂ ਇਕੱਠਿਆਂ ਬੈਠ ਕੇ ਕੋਈ ਸ਼ਰਾਬ ਪੀਤੀ ਹੈ ਅਤੇ ਉਹਦੇ ਨਾਲ ਹੀ ਇਹਨਾਂ ਦੀ ਕੋਈ ਮੌਤ ਹੋਈ ਲੱਗਦੀ ਹੈ। ਫਿਰ ਵੀ ਅਸੀਂ ਇਹਨਾਂ ਦੀ ਪੋਸਟਮਾਰਟਮ ਇਹਨਾਂ ਦਾ ਕਰਵਾ ਰਹੇ ਹਾਂ, ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।